ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। TSSB ਡਿਪਾਰਟਮੈਂਟ ਅੰਦਰ ਫਾਇਰਮੈਨ ਦੀ ਵੈਕੈਂਸੀ ਆਈ ਸੀ ਜੀ, ਅਤੇ ਜਿਸਦਾ 1 ਅਕਤੂਬਰ ਨੂੰ ਪੇਪਰ ਹੋ ਰਿਹਾ ਜੀ ਐਤਵਾਰ ਵਾਲੇ ਦਿਨ। ਅਤੇ ਜਿੰਨਾ ਵੀ ਕੈਂਡੀਡੇਟਸ ਨੇ ਫਾਇਰਮੈਨ ਲਈ ਅਪਲਾਈ ਕੀਤਾ ਸੀ ਜਾਂ ਮਿਊਂਸੀਪਲ ਕੌਂਸਲ ਦੇ ਵਿੱਚ ਜਾਂ ਕਾਰਪੋਰੇਸ਼ਨ ਦੋਨਾਂ ਲਈ ਅਪਲਾਈ ਕੀਤਾ ਸੀ ਜੀ, ਅਤੇ ਉਹਨਾਂ ਦੇ ਐਡਮਿਟ ਕਾਰਡ ਆ ਚੁੱਕਿਆ ਲੋਕੇਸ਼ਨ ਵਾਲੇ ਜੀ, ਤੁਸੀਂ ਦੇਖ ਸਕਦੇ ਤੁਹਾਡਾ ਕਿੱਥੇ ਪੇਪਰ ਹੈਗਾ ਜੀ। ਇਹ ਐਡਮਿਟ ਕਾਰਡ ਤੁਸੀਂ ਪ੍ਰਿੰਟ ਕਰਕੇ ਲੈ ਕੇ ਜਾਣੇ ਆ। ਬਾਕੀ ਹੋਰ ਕਿਹੜੀਆਂ ਇੰਸਟਰਕਸ਼ਨ ਦੀਆਂ ਤੁਸੀਂ ਫੋਲੋ ਕਰਨੀਆਂ ਨੇ, ਕਿਹੜੇ ਡਾਕੂਮੈਂਟ ਲੈ ਕੇ ਜਾਣੇ, ਉਹਦੇ ਰਿਗਾਰਡਿੰਗ ਇੱਕ ਵਿਖਰੀ ਵੀਡੀਓ ਬਣਾਈ ਆ ਜੀ, ਉਹ ਆਈ ਬਟਨ 'ਤੇ ਮੈਂਸ਼ਨ ਕਰਦਾਂਗਾ, ਤੁਸੀਂ ਦੇਖ ਸਕਦੇ ਹੋ। ਜਾਂ ਤੁਸੀਂ ਚੈਨਲ 'ਤੇ ਵੀ ਜਾ ਕੇ ਦੇਖ ਸਕਦੇ ਫਾਇਰਮੈਨ ਦੀ ਜਿਹੜੀ ਕੈਂਡੀਡੇਟਸ ਦੀ ਇੰਸਟਰਕਸ਼ਨ ਵਗੈਰਾ ਹੈਗੀਆਂ ਨੇ। ਅਤੇ ਬਾਕੀ ਕਿ ਜਿਨ੍ਹਾਂ ਨੇ ਦੋ ਦੋ ਕੈਂਡੀਡੇਟਸ ਨੇ, ਮਤਲਬ ਕਿ ਜੋ ਦੋ ਦੋ ਵੈਕੈਂਸੀਆਂ ਨੇ ਅਪਲਾਈ ਕੀਤਾ ਸੀ, ਜਿੱਦਾਂ ਮਤਲਬ ਕਿ ਫਾਇਰਮੈਨ ਮਿਊਂਸੀਪਲ ਕੌਂਸਲ ਲਈ ਵੀ ਅਪਲਾਈ ਕੀਤਾ ਸੀ ਅਤੇ ਮਿਊਂਸੀਪਲ ਕਾਰਪੋਰੇਸ਼ਨ ਲਈ ਅਪਲਾਈ ਕੀਤਾ ਸੀ, ਤਾਂ ਉਹਨਾਂ ਦਾ ਇੱਕ ਹੀ ਐਪਲੀਕੇਸ਼ਨ ਨੰਬਰ 'ਤੇ ਐਡਮਿਟ ਕਾਰਡ ਆਊਗਾ ਜੀ। ਪਰ ਇਹ ਕਿ ਦੋਨਾਂ ਪੋਸਟਾਂ ਦਾ ਨੇਮ ਉੱਪਰ ਉਹਦੇ ਐਡਮਿਟ ਕਾਰਡ 'ਤੇ ਲਿਖਿਆ ਹੋਊਗਾ, ਮਤਲਬ ਕਿ ਜਦੋਂ ਇੱਕੋ ਪੇਪਰ ਹੋਊਗਾ ਜੀ ਉਹਨਾਂ ਦਾ, ਅਤੇ ਜਿਹੜੇ ਇੱਕੋ ਪੇਪਰ ਦੇ ਨੰਬਰ ਆਉਣਗੇ, ਦੋਨਾਂ ਵੈਕੈਂਸੀਆਂ ਦੀ ਵੱਖਰੀ ਵੱਖਰੀ ਲਿਸਟ ਬਣਨੀ ਰਿਜ਼ਲਟ ਦੀ, ਉਹਦੇ ਵਿੱਚ ਵੱਖਰਾ ਵੱਖਰਾ ਮਤਲਬ ਕਿ ਉਹਨਾਂ ਦਾ ਰਿਜ਼ਲਟ ਹੋਊਗਾ। ਮਤਲਬ ਕਿ ਕਈ ਵਾਰ ਹੋ ਸਕਦਾ ਉਹਦਾ, ਜਿੱਦਾਂ ਮਤਲਬ ਕਿਸੇ ਦਾ 100 ਨੰਬਰ 'ਤੇ ਰਿਜ਼ਲਟ ਆ ਰਿਹਾ ਜਾਂ 10 ਨੰਬਰ 'ਤੇ ਰਿਜ਼ਲਟ ਆ ਰਿਹਾ, ਤਾਂ ਹੋ ਸਕਦਾ ਦੂਜੀ ਲਿਸਟ ਵਿੱਚ ਪਹਿਲੇ ਨੰਬਰ 'ਤੇ ਵੀ ਆ ਸਕਦਾ, ਤੀਜੀ ਨੰਬਰ 'ਤੇ ਵੀ ਰਿਜ਼ਲਟ ਆ ਸਕਦਾ ਵਾ। ਇਹ ਉਹਨਾਂ ਦੇ ਕਿਸਮਤ 'ਤੇ ਡਿਪੈਂਡ ਹੈ ਜਿੱਦਾਂ ਦਾ ਪੇਪਰ ਦੀ ਤਿਆਰੀ ਕੀਤੀ ਹੋਊਗੀ। ਬਾਕੀ ਤੁਸੀਂ ਆਪਣਾ ਲੋਕੇਸ਼ਨ ਵਾਲਾ ਦੇਖ ਸਕਦੇ ਹੋ ਜੀ, ਬਾਕੀ ਤੁਹਾਡੇ ਮੇਲ 'ਤੇ ਵੀ ਲੋਕੇਸ਼ਨ ਆ ਗਈ ਹੋਣੀ ਆ, ਅਤੇ ਤੁਸੀਂ GPS ਵਗੈਰਾ ਵੀ ਦੇ ਦਿੱਤਾ ਉਹਨਾਂ ਨੇ, ਕਿ ਤੁਸੀਂ ਮਤਲਬ ਕਿ ਲੋਕੇਸ਼ਨ ਲੱਭਣੀ ਸੌਖੀ ਹੋ ਜੇ। ਵੈਸੇ ਐਡਮਿਟ ਕਾਰਡ ਦੇ ਤੁਸੀਂ ਡਾਊਨਲੋਡ ਕਰੋਗੇ, ਉੱਥੇ ਵੀ ਲੋਕੇਸ਼ਨ ਵਾਲਾ ਸਿਸਟਮ ਹੈਗਾ ਵਾ। ਅਤੇ ਹੁਣ ਤੁਸੀਂ ਡਾਊਨਲੋਡ ਕਿੱਦਾਂ ਕਰ ਸਕਦੇ ਹੋ ਜੀ, ਸਭ ਤੋਂ ਪਹਿਲਾਂ ਤੁਸੀਂ ਗੂਗਲ ਕਰੋਮ ਨੂੰ ਓਪਨ ਕਰ ਲੈਣਾ, ਉੱਥੇ TSSB ਸਰਚ ਕਰਨਾ ਜੀ। ਅਤੇ ਜੇ ਤੁਸੀਂ ਗੂਗਲ ਕਰੋਮ ਨੂੰ ਓਪਨ ਕਰ ਲੈਂਦੇ ਹੋ ਜੀ, ਅਤੇ ਸਭ ਤੋਂ ਪਹਿਲਾਂ ਪਹਿਲੇ ਲਿੰਕ 'ਤੇ ਆਏ ਨਾ, ਉਹ ਤੋਂ ਬਾਅਦ ਤੁਸੀਂ ਐਡਵਰਟਾਈਜਮੈਂਟ 'ਤੇ ਜਾਣਾ। ਐਡਵਰਟਾਈਜਮੈਂਟ 'ਤੇ ਜਾਣ ਤੋਂ ਬਾਅਦ ਤੁਸੀਂ ਨੀਚੇ ਆਉਣਾ, 5 ਨੂੰ ਆਇਆ ਜੀ ਇਹ ਲਿੰਕ, ਕਲਿੱਕ ਹੇਅਰ ਟੂ ਡਾਊਨਲੋਡ ਐਡਮਿਟ ਕਾਰਡ ਵਾਲਾ, ਇਹਦੇ ਕਲਿੱਕ ਕਰ ਦੇਣਾ ਜੀ ਤੁਸੀਂ। ਉਸ ਤੋਂ ਬਾਅਦ ਜਿਹਨਾਂ ਤੋਂ ਰੋਲ ਨੰਬਰ ਹੁਣ ਪਤਾ ਲੱਗ ਗਿਆ ਸੀ, ਜਿਹਨਾਂ ਪਹਿਲਾਂ ਡਾਊਨਲੋਡ ਕੀਤਾ ਸੀ, ਜਿਹਨਾਂ ਨੇ ਤੱਕ ਨਹੀਂ ਕੀਤਾ ਉਹ ਵੈਸੇ ਐਪਲੀਕੇਸ਼ਨ ਪ੍ਰਿੰਟ 'ਤੇ ਵੀ ਜਾ ਕੇ ਵੀ ਦੇ ਸਕਦੇ ਆ। ਅਤੇ ਆਪਸ਼ਨ 'ਤੇ ਜਾ ਕੇ ਤੁਸੀਂ ਡਾਊਨਲੋਡ ਐਡਮਿਟ ਕਾਰਡ ਐਪਲੀਕੇਸ਼ਨ ਨੰਬਰ 'ਤੇ ਕਲਿੱਕ ਕਰ ਦੇਣਾ। ਉਹ ਤੋਂ ਬਾਅਦ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ, ਡੇਟ ਆਫ ਬਰਥ ਭਰ ਕੇ ਅਤੇ ਜਨਰੇਟ ਐਡਮਿਟ ਕਾਰਡ 'ਤੇ ਕਲਿੱਕ ਕਰ ਦੇਣਾ ਜੀ। ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਭਰ ਕੇ ਜਨਰੇਟ ਐਡਮਿਟ ਕਾਰਡ 'ਤੇ ਕਲਿੱਕ ਕਰਦੇ ਹਾਂ ਜੀ। ਜਦੋਂ ਅਸੀਂ ਮਿਲ ਕੇ ਐਡਮਿਟ ਕਾਰਡ 'ਤੇ ਕਲਿੱਕ ਕਰ ਦਿੰਦੇ ਹਾਂ ਜੀ, ਤੁਹਾਡੇ ਸਾਹਮਣੇ ਜਨਰੇਟ ਐਡਮਿਟ ਕਾਰਡ ਹੋ ਜਾਂਦਾ ਜੀ। ਇਸ ਤੋਂ ਤੁਸੀਂ ਮਿਲ ਕੇ ਆਪਣਾ ਐਡਮਿਟ ਕਾਰਡ PDF 'ਤੇ ਵੀ ਡਾਊਨਲੋਡ ਕਰ ਸਕਦੇ ਹੋ ਜੀ। ਅਤੇ ਜੇ ਮਤਲਬ ਤੁਸੀਂ ਆਪਣਾ ਸੈਂਟਰ ਲੱਭਣਾ ਚਾਹੁੰਦੇ ਹੋ ਗੂਗਲ ਮੈਪ 'ਤੇ, ਤੁਹਾਡਾ ਪੇਪਰ ਕਿੱਥੇ ਆ ਜੀ, ਕਿਹੜੀ ਲੋਕੇਸ਼ਨ ਦੇਖਣਾ ਚਾਹੁੰਦੇ ਹੋ, ਆਹ ਲਿੰਕ ਹੈਗਾ ਵਾ, ਠੀਕ ਆ ਜੀ, ਦੇਖ ਸਕਦੇ ਹੋ ਆਹ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਤੁਹਾਡਾ ਪੇਪਰ ਕਿੱਥੇ ਆ। ਅਤੇ ਨੀਚੇ ਤੁਹਾਡਾ ਮਤਲਬ ਕਿ ਉਹਨਾਂ ਦਿਖਾ ਵੀ ਦਿੰਦੇ, ਇੱਕ ਰਿਵਿਊ ਦਾ ਦਿਖਾ ਦਿੰਦੇ ਕਿ ਤੁਹਾਡਾ ਇੱਦਾਂ ਐਡਮਿਟ ਕਾਰਡ ਇੱਦਾਂ ਦਾ ਆ ਰਿਹਾ ਵਾ। ਹੁਣ ਐਡਮਿਟ ਕਾਰਡ 'ਤੇ ਕਲਿੱਕ ਕਰਕੇ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਜੀ, ਅਤੇ ਤੁਹਾਡੇ ਮਤਲਬ ਕਿ PDF ਡਾਊਨਲੋਡ ਹੋ ਜੂਗੀ ਜੀ। ਅਤੇ ਉਸ ਤੋਂ ਬਾਅਦ ਤੁਸੀਂ ਜਿੱਥੇ ਵੀ ਤੁਹਾਡਾ ਪੇਪਰ ਆਇਆ ਤੁਸੀਂ ਉੱਥੇ ਦੇਣ ਜਾਓਗੇ ਜੀ। ਜਿੱਦਾਂ ਕੈਂਡੀਡੇਟਸ ਹੈਗਾ ਵਾ, ਇੰਸਟਰਕਸ਼ਨ ਵਗੈਰਾ ਦਿੱਤੀਆਂ ਗਈਆਂ ਨੇ, ਅਤੇ ਜਿੱਦਾਂ ਮਤਲਬ ਤੁਹਾਡਾ ਇੱਥੇ ਹੁਣ ਆਹ ਸੈਂਟਰ ਦੀ ਲੋਕੇਸ਼ਨ ਆ ਗਈ ਆ ਕਿ ਤੁਹਾਡਾ ਪੇਪਰ ਕਿੱਥੇ ਹੋ ਰਿਹਾ ਵਾ, ਠੀਕ ਆ ਜੀ। ਠੀਕ ਆ ਜੀ, ਆਹ ਕੋਡ ਆ ਜੀ ਐਗਜ਼ਾਮ ਸੈਂਟਰ ਜਿੱਥੇ ਤੁਹਾਡਾ ਪੇਪਰ ਹੋ ਰਿਹਾ ਵਾ। ਅਤੇ ਜਿਹੜੇ ਵੀ ਕੈਂਡੀਡੇਟ ਮਤਲਬ ਕਿ ਪੇਪਰ ਦੇਣ ਜਾਣਗੇ, ਆਪਣਾ ਲੋਕੇਸ਼ਨ ਜ਼ਰੂਰ ਇੱਕ ਦੇਖ ਲਓ ਕਿੱਥੇ ਹੈਗਾ ਜੀ। ਟਰਾਈ ਕਰੋ ਕਿ ਇੱਕ ਦਿਨ ਪਹਿਲਾਂ ਜਾਣ ਦੀ, ਜੇ ਤਾਂ ਤੁਹਾਨੂੰ ਪਤਾ ਕਿ ਇੱਥੇ ਹੈਗਾ ਲਾਗੇ ਤੁਸੀਂ ਪਹੁੰਚ ਸਕਦੇ ਹੋ ਆਰਾਮ ਨਾਲ, ਫਿਰ ਠੀਕ ਆ। ਜੇ ਮਤਲਬ ਤੁਹਾਡਾ ਦੂਰ ਆ ਤਾਂ ਟਾਈਮ ਨਾਲ ਤੁਸੀਂ ਪਹਿਲਾਂ ਜਾਓ। ਬਾਕੀ ਅੱਗੇ ਉੱਥੇ ਕੋਈ ਚੀਜ਼ ਰੱਖਣ ਕੋਈ ਪ੍ਰਬੰਧ ਨਹੀਂ ਹੁੰਦਾ, ਜਦੋਂ ਤੁਸੀਂ ਫੋਨ ਵਗੈਰਾ ਕੁਛ ਲੈ ਕੇ ਜਾਂਦੇ, ਇਸ ਕਰਕੇ ਕੋਈ ਨਾਲ ਹੈਲਪਰ ਲੈ ਜਿਓ ਆਪਣਾ ਰਿਲੇਟਿਵ ਜਾਂ ਕੁਛ ਵੀ ਉਹਦੇ ਘਰ ਦੇ, ਕਿ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਵੇ, ਕਿਉਂਕਿ ਨਹੀਂ ਤਾਂ ਕਈ ਵਾਰ ਸਾਰਾ ਧਿਆਨ ਬਾਹਰ ਰਹਿੰਦਾ ਕਿ ਹਾਂ ਮੇਰਾ ਬੈਗ ਕਿੱਥੇ ਹੋਊਗਾ ਸਾਰਾ ਕੁਛ। ਕਈ ਸੈਂਟਰਾਂ ਦੇ ਵਿੱਚ ਰੱਖਣ ਰਖਾਉਣ ਦਾ ਪ੍ਰਬੰਧ ਹੁੰਦਾ ਬੈਗ ਦਾ, ਪਰ ਕਈ ਵਾਰ ਸੈਂਟਰ ਨਹੀਂ ਹੁੰਦਾ ਪ੍ਰਬੰਧ, ਇਸ ਕਰਕੇ ਤੁਸੀਂ ਆਪਣੀ ਸੇਫਟੀ ਦੇ ਅਕੋਰਡਿੰਗ ਚੀਜ਼ਾਂ ਸਾਰੀਆਂ ਸਾਂਭ ਕੇ ਰੱਖ ਲਿਓ, ਠੀਕ ਆ ਜੀ। ਅਤੇ ਆਲ ਦੀ ਬੈਸਟ ਜਿਨ੍ਹਾਂ ਦਾ ਪੇਪਰ ਹੈਗਾ ਜੀ। ਅਤੇ ਮੰਨ ਲਓ ਜੇ ਕਿਸੇ ਦਾ ਹੁਣ ਐਡਮਿਟ ਕਾਰਡ ਦੇ ਫੋਟੋ ਦਾ ਸਾਈਨ ਨਹੀਂ ਹੈਗਾ, ਤਾਂ ਉਹ ਗਜ਼ਟ ਆਫਿਸਰ ਤੋਂ ਸੈਂਡ ਕਰਾ ਕੇ ਲੈ ਜਾ ਸਕਦੇ ਆ ਜੀ। ਅਤੇ ਆਲ ਦੀ ਬੈਸਟ ਸਭ ਕੈਂਡੀਡੇਟਸ ਨੂੰ ਜਿਨ੍ਹਾਂ ਦਾ ਵੀ ਐਗਜ਼ਾਮ ਆ ਜੀ।